ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖੀਏ ਕਿ ਜੋ ਇਸ ਸਮੇਂ ਸਾਰੀ ਦੁਨੀਆ ਦੀ ਸਥਿਤੀ ਹੈ, ਬਹੁਤ ਉਥਲ ਪੁਥਲ ਵਾਲੀ, ਬੜੀ ਅਨਸਟੇਬਲ, ਅਤੇ ਸਭ ਕੁਛ ਬਦਲਿਆ ਜਾ ਰਿਹਾ ਹੈ, ਅਤੇ ਕਿਸੇ ਵੀ ਵਕਤ ਕੁਛ ਵੀ ਹੋ ਸਕਦਾ ਹੈ। ਇਹੋ ਜਿਹੀ ਸਥਿਤੀ ਹੈ ਅਤੇ ਉਹੋ ਜਿਹੇ ਦੌਰ ਚੱਲ ਪਏ ਹਨ ਸਾਰੀ ਦੁਨੀਆ 'ਚ। ਅਤੇ ਜੇ ਆਪਾਂ ਦੱਖਣੀ ਏਸ਼ੀਆ ਦੀ ਗੱਲ ਕਰੀਏ ਤਾਂ ਉੱਥੇ ਵੀ ਇਹੋ ਜਿਹੀ ਸਥਿਤੀ ਹੈ ਕਿ ਕਿਸੇ ਵੀ ਸਮੇਂ ਕੁਛ ਵੀ ਹੋ ਸਕਦਾ ਹੈ, ਵੱਡੀਆਂ ਭਾਣੇ ਵਰਤ ਸਕਦੇ ਹਨ। ਅਤੇ ਇੰਡੀਆ ਦੀ ਹਾਲਾਤ ਵੀ ਬਹੁਤ ਹੀ ਇਹੋ ਜਿਹੇ ਹੀ ਹੈ। ਇੰਡੀਅਨ ਸਟੇਟ ਹਿੰਦੂਤਵ ਇੱਕ ਖਾਸ ਤਰੀਕੇ ਨਾਲ ਹਿੰਦੂ ਨੇਸ਼ਨ ਵੱਲ ਨੂੰ, ਰਾਸ਼ਟਰ ਵੱਲ ਨੂੰ ਵੱਧ ਰਿਹਾ ਹੈ ਅਤੇ ਸਾਰੀਆਂ ਪਛਾਣਾਂ, ਸਾਰੀਆਂ ਹੋਂਦਾਂ ਨੂੰ ਇੱਕ ਸਾਰ ਕਰਦਾ ਜਾ ਰਿਹਾ ਹੈ। ਉਹਦਾ ਆਪਣਾ ਹੀ ਇੱਕ ਵਰਤਾਰਾ ਹੈ। ਅਤੇ ਇਹਦੇ ਨਾਲ ਹੀ ਅਸੀਂ ਪੰਥ ਅਤੇ ਪੰਜਾਬ ਦੇਖੀਏ ਕਿ ਇੱਥੇ ਵੀ ਬੜੀਆਂ ਚੇਂਜਸ ਆਈਆਂ ਹਨ। ਜੋ ਪਿਛਲੇ 100 ਸਾਲਾਂ 'ਚ ਅਕਾਲੀ ਦਲ SGPC ਇੱਕ ਸਟਰਗਲ 'ਚੋਂ ਬਾਅਦ ਹੋਣ 'ਚ ਆਈਆਂ ਸੀ, ਇਸ ਵਕਤ ਉਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਕਿ ਕੋਈ ਵਿਸ਼ਵਾਸ ਯੋਗਤਾ ਨਹੀਂ ਰਹਿ ਗਈ। ਉਹਨਾਂ ਨੇ ਆਪਣੀਆਂ ਗਲਤੀਆਂ ਸਿਧਾਂਤ ਤੋਂ ਭਟਕਣ ਕਰਕੇ ਆਪਣੀ ਵੱਡੇ ਸਵਾਲੀਆ ਚੱਲਣ ਲੱਗ ਗਏ ਹਨ। ਅਕਾਲ ਤਖ਼ਤ ਦੀ ਵਿਸ਼ਵਾਸ ਯੋਗਤਾ ਵੀ ਜੇ ਦੇਖੀਏ ਤਾਂ ਸਭ ਤੋਂ ਇਸ ਵਕਤ ਸਭ ਤੋਂ ਘੱਟ ਰਹਿ ਗਈ ਹੈ, ਇਹਨਾਂ ਗੱਲਾਂ ਕਰਕੇ ਹੀ। ਅਤੇ ਜੇ ਦੇਖੀਏ ਕਿ ਆ ਪਿਛਲੇ ਸਾਲ ਦੀਆਂ ਜੋ ਘਟਨਾਵਾਂ, ਕਿ ਸਟੇਟ ਕਿਸ ਤਰੀਕੇ ਨਾਲ ਚੱਲ ਰਿਹਾ ਹੈ, ਕਿ ਜੇ ਦੇਖੀਏ ਕਿ ਪਟਨਾ ਸਾਹਿਬ ਦਾ ਤਖ਼ਤ, ਨੰਦੇੜ ਸਾਹਿਬ ਦਾ ਤਖ਼ਤ, ਹਰਿਆਣੇ ਦੀ ਕਮੇਟੀ, ਦਿੱਲੀ ਦੀ ਕਮੇਟੀ, ਹੁਣ ਰਾਜਸਥਾਨ ਦੀ ਜਾਂ ਜੰਮੂ ਕਸ਼ਮੀਰ ਦੀ, ਕਿ ਸਾਰੇ ਥਾਂ 'ਤੇ ਸਟੇਟ ਆਪਣਾ ਹੀ ਪ੍ਰਬੰਧ ਅਤੇ ਆਪਣੇ ਹੀ ਬੰਦੇ ਲਿਆ ਰਿਹਾ ਅਤੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਆਪਣੇ ਕੰਟਰੋਲ 'ਚ ਕਰ ਰਿਹਾ। ਹੁਣ ਉਹਨਾਂ ਦਾ ਟਾਰਗੇਟ ਅੱਗੇ SGPC ਅਤੇ ਅਕਾਲ ਤਖ਼ਤ ਹੈ। ਇਹ ਤੋਂ ਇੱਦਾਂ ਲੱਗਦਾ ਹੈ ਕਿ ਸਟੇਟ ਸਿੱਖਾਂ ਨੂੰ ਹਰ ਪੱਖ ਤੋਂ ਲੀਡਰਲੈਸ ਅਤੇ ਇੰਸਟੀਟਿਊਸ਼ਨਲੈਸ ਕਰ ਰਿਹਾ ਹੈ, ਕਿ ਕੋਈ ਵੀ ਲੀਡਰਸ਼ਿਪ ਦੀ ਕ੍ਰੈਡੀਬਿਲਟੀ ਨਾ ਰਹੇ ਅਤੇ ਕੋਈ ਵੀ ਸੰਸਥਾ ਅਤੇ ਧੁਰਾ ਪੰਥ 'ਚ ਨਾ ਰਹੇ। ਸਾਰੇ ਪਾਸੇ ਖੰਡਾਓ, ਅਵਿਸ਼ਵਾਸਤਾ, ਆਪ ਹੁਦਰਾਪਨ, ਇਹੋ ਜਿਹੇ ਹਾਲਾਤ ਹੋ ਜਾਣ, ਅਤੇ ਆਪਾਂ ਦੇਖ ਰਹੇ ਸਭ ਕੁਛ। ਅਤੇ ਇਹਦੇ ਵਿੱਚ ਸਾਨੂੰ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਾਰੇ ਪੰਥ ਦਰਦੀ ਆਪਾਂ ਇਕੱਠੇ ਹੋ ਕੇ ਸੋਚੀਏ ਕਿ ਕੀ ਕਰਨਾ ਹੈ, ਕਿ ਕਿਵੇਂ ਪੰਥ ਨੂੰ ਇਹਨਾਂ ਹਾਲਾਤਾਂ 'ਚ ਸੂਤਰਧਾਰ ਕਰਨਾ ਹੈ, ਇਕੱਠਿਆਂ ਕਰਨਾ ਹੈ, ਉਹ ਕਿਵੇਂ ਹੋ ਸਕਦਾ ਹੈ, ਕਿ ਕਿਉਂਕਿ ਸਮੇਂ ਬੜੇ ਅੱਗੇ ਸੰਭਾਵਨਾਵਾਂ ਵਾਲੇ ਵੀ ਹਨ ਅਤੇ ਬੜੇ ਖਤਰਨਾਕ ਵੀ ਹਨ।
ਸਾਰੇ ਹੀ ਪੱਖ ਪਏ ਹਨ ਉਹਦੇ ਵਿੱਚ। ਅਤੇ ਜੇ ਤਾਂ ਅਸੀਂ ਪੰਥ ਨੂੰ ਕਿਸੇ ਸੂਤਰ 'ਚ ਬੱਧ ਲਾਂਗੇ, ਇਕੱਠੀਆਂ ਕਰ ਲਵਾਂਗੇ ਆਪਣੀਆਂ ਤਾਕਤਾਂ ਅਤੇ ਆਪਣੀਆਂ ਸੰਸਥਾਵਾਂ ਅਤੇ ਆਪਣੀਆਂ ਮਰਿਆਦਾਵਾਂ, ਆਪਣੀਆਂ ਪਰੰਪਰਾਵਾਂ ਨੂੰ ਸੁਰਜੀਤ ਕਰਕੇ ਅਤੇ ਦ੍ਰਿੜਤਾ ਤਾਂ ਖੜ੍ਹ ਜਾਂਗੇ ਅਤੇ ਅਸੀਂ ਬਹੁਤ ਕੁਛ ਹਾਸਿਲ ਕਰ ਲਾਂਗੇ। ਅਤੇ ਜੇ ਇਹੋ ਜਿਹਾ ਹੀ ਹਾਲਾਤ ਰਹੇ ਜਿਵੇਂ ਦੇ ਹੁਣ ਹਨ ਕਿ ਆਪ ਹੁਦਰਾਪਨ, ਬੇਵਿਸ਼ਵਾਸੀ, ਕਾਲ, ਬੇਸਬਰੀ, ਭੀੜ ਵਾਲੀ ਮਾਨਸਿਕਤਾ, ਜੇ ਇਹੋ ਜਿਹਾ ਹੀ ਕੁਛ ਰਿਹਾ ਤਾਂ ਫਿਰ ਅੱਗੇ ਸਮੇਂ ਬਹੁਤ ਖਤਰਨਾਕ ਹੋ ਸਕਦੇ ਹਨ। ਇਸ ਕਰਕੇ ਸਾਡਾ ਫੋਕਸ ਇਹੀ ਚਾਹੀਦਾ ਕਿ ਸਾਰਾ ਜ਼ੋਰ ਹੀ ਇਹੀ ਚਾਹੀਦਾ ਕਿ ਕਿਸ ਤਰੀਕੇ ਨਾਲ ਪੰਥ ਨੂੰ ਇੱਕ ਸਾਰ, ਇੱਕ ਸੂਤਰ 'ਚ ਕਰੀਏ। ਅਤੇ ਉਹ ਸਾਰਾ ਕੁਝ ਸੋਚਣ ਤੋਂ ਬਾਅਦ ਸਾਨੂੰ ਜੋ ਸਾਡੀ ਸਮਝ ਬਣਦੀ ਹੈ ਉਹ ਤਾਂ ਇਹੀ ਹੈ ਕਿ ਸਭ ਤੋਂ ਪਹਿਲਾਂ ਕਿ ਆਸ ਵਿੱਚ ਵਿਚਾਰ ਵਟਾਂਦਰਾ ਸੰਵਾਦ ਚੱਲਣਾ ਚਾਹੀਦਾ ਹੈ। ਪਿਛਲੇ ਸਮਿਆਂ 'ਚ ਸੰਵਾਦ ਅਤੇ ਆਪਸੀ ਵਿਚਾਰ ਵਟਾਂਦਰਾ ਬਿਲਕੁਲ ਸਭ ਤੋਂ ਥੱਲੜੇ ਲੈਵਲ 'ਤੇ ਹੈ। ਅਸੀਂ ਇੱਥੋਂ ਹੀ ਸ਼ੁਰੂ ਕੀਤਾ ਸੀ ਕਿ ਸਾਰੇ ਪੰਥ ਵਿੱਚ ਸੰਵਾਦ ਕਰੀਏ, ਗੱਲਬਾਤ ਕਰੀਏ, ਸਾਰਿਆਂ ਦੀ ਸੁਣੀਏ ਅਤੇ ਅੱਗੇ ਰਾਹ ਕੱਢੀਏ। ਅਤੇ ਗੱਲਬਾਤ ਦਾ, ਵਿਚਾਰ ਵਟਾਂਦਰਾ ਦਾ ਜਿਹੜਾ ਕੇਂਦਰੀ ਸਥਾਨ ਸਾਡੇ ਕੋਲ ਗੁਰੂ ਨੇ ਦਿੱਤਾ, ਸਾਡੇ ਇਤਿਹਾਸ ਨੇ ਦਿੱਤਾ, ਸਾਡੀ ਪਰੰਪਰਾ ਵਿੱਚ, ਉਹ ਸਭ ਤੋਂ ਸਾਡਾ ਤੁਰਾ ਹੈ ਅਕਾਲ ਤਖਤ। ਅਕਾਲ ਤਖਤ ਰਾਹੀਂ ਹੀ ਗੁਰੂ ਖਾਲਸਾ ਪੰਥ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਸਪਿਰਿਟ ਆ, ਜੋ ਸੋਚ ਆ, ਉਹਨੂੰ ਇਸ ਦੁਨੀਆਂ 'ਚ ਲਾਗੂ ਕਰਨਾ ਹੁੰਦਾ ਹੈ। ਦੁਨੀਆਂ 'ਚ ਰਾਜ ਦੇ, ਸਮਾਜ ਦੇ ਢਾਂਚਿਆਂ ਰਾਹੀਂ, ਅਕਾਲ ਤਖਤ ਰਾਹੀਂ ਗੁਰੂ ਖਾਲਸਾ ਪੰਥ ਨੇ ਗੁਰਮਤੇ ਰਾਹੀਂ ਲਾਗੂ ਕਰਨਾ ਹੁੰਦਾ ਹੈ। ਇਹ ਸਾਡਾ ਧੁਰਾ ਹੈ, ਸਾਡੀ ਆਜ਼ਾਦੀ ਦਾ, ਖਾਲਸੇ ਦੇ ਬੋਲਬਾਲੇ ਦਾ, ਪਾਤਸ਼ਾਹੀ ਦਾਅਵੇ ਦਾ। ਅਤੇ ਗੱਲ ਸਾਨੂੰ ਇੱਥੋਂ ਹੀ ਸ਼ੁਰੂ ਕਰਨੀ ਚਾਹੀਦੀ ਹੈ। ਅਕਾਲ ਤਖਤ ਨੂੰ ਜੇ ਅਸੀਂ ਜਿਸ ਤਰੀਕੇ ਨਾਲ ਗੁਰੂ ਨੇ ਇਸ ਨੂੰ ਸਿਰਜਿਆ ਅਤੇ ਜੋ ਸਾਨੂੰ ਪਰੰਪਰਾ ਦਿੱਤੀ, ਜੋ ਸਿਧਾਂਤ ਦਿੱਤੀ, ਜੇ ਉਹੀ ਪ੍ਰਬੰਧ ਅਤੇ ਉਹੀ ਪਰੰਪਰਾ ਇੱਥੇ ਲਾਗੂ ਕਰੀਏ ਤਾਂ ਸਭ ਕੁਛ ਹੋ ਸਕਦਾ ਹੈ। ਉਹ ਦੋ ਕੇਂਦਰੀ ਗੱਲਾਂ ਹਨ, ਇੱਕ ਤਾਂ ਇਕੱਠਿਆਂ ਹੋ ਕੇ ਉੱਥੇ ਗੁਰਮਤਾ ਕਰਨਾ, ਗੁਰਮਤਾ ਵੀ ਪੰਚ ਪ੍ਰਧਾਨੀ ਪ੍ਰਣਾਲੀ ਰਾਹੀਂ ਇੱਕ ਸਾਖੀ ਚੁਣ ਕੇ ਅਤੇ ਪੰਜ ਸਿੰਘ ਚੁਣ ਕੇ ਗੁਰਮਤੇ ਤੱਕ ਪਹੁੰਚਣਾ, ਇਹ ਹੈ ਸਾਡੀ ਪਰੰਪਰਾ। ਉਹਨੂੰ ਕਿਸੇ ਤਰੀਕੇ ਨਾਲ ਦੁਬਾਰਾ ਬਹਾਲ ਕਰਨਾ, ਹੁਣ ਦੇ ਸਮਿਆਂ 'ਚ ਪ੍ਰਗਟ ਕਰਨਾ, ਅੱਗੇ ਲੈ ਕੇ ਆਉਣਾ। ਅਤੇ ਦੂਸਰਾ ਹੈ ਕਿ ਉੱਥੇ ਪ੍ਰਬੰਧ ਕੀ ਹੋਵੇ। ਪਹਿਲਿਆਂ ਸਮਿਆਂ 'ਚ ਸਾਡੇ ਇਤਿਹਾਸ 'ਚ ਉੱਥੇ ਪ੍ਰਬੰਧ ਸਦਾ ਹੀ ਉਹਨਾਂ ਸਿੰਘਾਂ ਦਾ, ਉਹਨਾਂ ਸ਼ਖਸੀਅਤਾਂ ਦਾ, ਉਹਨਾਂ ਜਥਿਆਂ ਦਾ ਰਿਹਾ
ਜਿਨ੍ਹਾਂ ਦੇ ਨਿੱਜੀ ਅਤੇ ਪੰਥਕ ਜੀਵਨ ਬਹੁਤ ਉੱਚੇ ਹੁੰਦੇ ਸਨ, ਗੁਰੂ ਵਾਲੇ ਹੁੰਦੇ ਸਨ, ਉਹ ਅਹੁਦਿਆਂ ਅਤੇ ਹੋਰ ਸਾਰੀਆਂ ਦੁਨਿਆਵੀ ਸਰੋਕਾਰਾਂ ਤੋਂ ਪਰਾਂ ਹੁੰਦੇ ਸੀ, ਅਕਾਲ ਨੂੰ ਪ੍ਰਣਾਏ ਹੁੰਦੇ ਸਨ, ਅਕਾਲ ਤੋਂ ਪਰਾਂ ਹੁੰਦੇ ਸੀ ਅਤੇ ਉਹ ਨਿਸ਼ਕਾਮ ਸੰਘਰਸ਼ ਕਰਦੇ ਸੀ ਸਰਬੱਤ ਦੇ ਭਲੇ ਲਈ, ਖਾਲਸੇ ਦੇ ਬੋਲਬਾਲੇ ਲਈ ਅਤੇ ਸਾਡੇ ਪਾਤਸ਼ਾਹੀ ਦਾਅਵੇ ਨੂੰ ਇਸ ਦੁਨੀਆ 'ਚ ਲਾਗੂ ਕਰਾਉਣ ਲਈ। ਉਹੋ ਜਿਹੇ ਜਥੇ ਹੁੰਦੇ ਸੀ ਜਿਵੇਂ ਆਪਾਂ ਇਤਿਹਾਸ 'ਚੋਂ ਅਕਾਲੀ ਬਾਬਾ ਫੂਲਾ ਸਿੰਘ, ਬਾਬਾ ਗੁਰਬਖਸ਼ ਸਿੰਘ ਅਤੇ ਹੋਰ ਅਸੀਂ ਬਹੁਤ ਨਾਮ ਲੈ ਸਕਦੇ ਹਾਂ। ਉਹ ਅਸੀਂ ਦੇਖਣਾ ਕਿ ਅੱਜ ਦੇ ਸਮਿਆਂ 'ਚ ਉਹ ਸਥਿਤੀ ਕਿਵੇਂ ਲੈ ਕੇ ਆਉਣੀ ਹੈ ਕਿ ਉਹੋ ਜਿਹੇ ਜਥੇ, ਉਹੋ ਜਿਹੀਆਂ ਸ਼ਖਸੀਅਤਾਂ ਦਾ ਉੱਥੇ ਪ੍ਰਬੰਧ ਲਿਆਂਦਾ ਜਾਵੇ ਅਤੇ ਉਹਨਾਂ ਰਾਹੀਂ ਫਿਰ ਸਾਰੀ ਕੌਮ ਨੂੰ ਇਕੱਠਿਆਂ ਕਰਕੇ ਸਰਬੱਤ ਖਾਲਸੇ ਰਾਹੀਂ ਗੁਰਮਤੇ ਕੀਤੇ ਜਾਣ, ਜੋ ਅੱਜ ਸਾਨੂੰ ਬਹੁਤ ਜ਼ਰੂਰੀ ਹੈ। ਜਿਹੜੇ ਫੈਸਲੇ ਲੈਣੇ, ਕੌਮ ਨੂੰ ਇਕੱਠਿਆਂ ਕਰਨਾ, ਉਹਦੀਆਂ ਤਾਕਤਾਂ ਸੰਸਥਾਵਾਂ ਅਤੇ ਉਹਨਾਂ ਦੀਆਂ ਪਰੰਪਰਾਵਾਂ ਬਹਾਲ ਕਰਨੀਆਂ, ਇਹ ਸਾਡੇ ਕੇਂਦਰੀ ਨੁਕਤੇ ਹੈ ਅਤੇ ਸਾਨੂੰ ਲੱਗਦਾ ਹੈ ਕਿ ਇੱਥੋਂ ਹੀ ਸ਼ੁਰੂ ਕਰਨਾ ਹੈ, ਜੋ ਚਾਹੀਦਾ ਹੈ ਇਹ ਬੁਨਿਆਦ ਹੈ। ਜਿਹੜੀ ਪੰਥ 'ਚ ਇੱਕ ਭਾਵਨਾ ਹੈ ਕਿ ਪੰਥ ਇਕੱਠਾ ਹੋਵੇ, ਉਹ ਵੀ ਇੱਥੋਂ ਹੀ ਹੁੰਦਾ ਆ। ਜੇ ਅਸੀਂ ਗੁਰਮਤੇ ਰਾਹ 'ਤੇ ਇਕੱਠੇ ਹੋ ਜਾਂਦੇ ਹਾਂ, ਜੇ ਅਸੀਂ ਖਾਲਸਾਈ ਤਰੀਕੇ ਨਾਲ ਆਗੂ ਚੁਣਨ 'ਤੇ ਇਕੱਠੇ ਹੋ ਜਾਂਦੇ ਹਾਂ, ਫੈਸਲੇ ਲੈਣ ਦੇ ਤਰੀਕਿਆਂ 'ਤੇ ਇਕੱਠੇ ਹੋ ਜਾਂਦੇ ਤਾਂ ਅਸੀਂ ਇਕੱਠੇ ਹੋ ਗਏ। ਸ਼ਖਸੀਅਤਾਂ ਅਤੇ ਧੜਿਆਂ ਦੀ ਏਕਤਾ ਕੋਈ ਪੰਥਕ ਤਰੀਕੇ ਦੀ ਏਕਤਾ ਨਹੀਂ। ਆਪਾਂ ਦੇਖਦੇ ਹਾਂ ਇਹ ਚੱਲ ਰਿਹਾ ਆ, ਇਹ ਏਕਤਾ ਹੁੰਦੀ ਆ ਫਿਰ ਟੁੱਟ ਜਾਂਦੀ, ਉਹ ਨਿੱਜੀ ਮੁਫਾਦਾਂ ਲਈ ਹੁੰਦੀ ਆ ਉਹ ਫਿਰ ਜਾਂਦੀ ਰਹਿੰਦੀ। ਅਸਲ ਏਕਤਾ ਵੀ ਇਸ ਨੁਕਤੇ 'ਤੇ ਹੋਣੀ ਆ। ਅਤੇ ਅੱਜ ਤੁਸੀਂ ਸਾਰੇ ਜਿਹੜੇ ਪ੍ਰਚਾਰਕ ਰਾਗੀ ਸਿੰਘ, ਢਾਡੀ ਸਿੰਘ ਅਤੇ ਕਥਾਵਾਚਕ ਸਿੰਘ, ਤੁਹਾਡਾ ਇਹ ਸਮਾਗਮ ਹੈ ਅਤੇ ਤੁਸੀਂ ਆਏ ਹੋ, ਤੁਹਾਡਾ ਬਹੁਤ ਅਹਿਮ ਯੋਗਦਾਨ ਹੈ ਪੰਥ ਵਿੱਚ। ਅੱਜ ਦੇ ਸਮੇਂ ਬਹੁਤ ਅੱਗੇ ਭੀੜ ਵਾਲਾ ਸਮਾਂ ਆ ਅਤੇ ਬਹੁਤ ਕ੍ਰਾਈਸਿਸ ਵਾਲਾ ਸਮਾਂ ਆ, ਤੁਹਾਡਾ ਹੋਰ ਵੀ ਫਰਜ਼ ਬਣਦਾ ਕਿ ਇੱਥੇ ਸਹੀ ਗੱਲ ਨੂੰ ਪਛਾਣਦੇ ਹੋਏ, ਗੁਰਮਤ ਨੂੰ ਪਛਾਣਦੇ ਹੋਏ, ਗੁਰੂ ਆਸ਼ੇ ਅਨੁਸਾਰ ਅਕਾਲ ਤਖ਼ਤ ਦੀ ਜੋ ਅਸਲ ਪਰੰਪਰਾ ਆ, ਅਸਲ ਮਰਿਆਦਾ ਆ, ਅਸਲ ਸਿਧਾਂਤ ਆ, ਉਹ ਸੰਗਤਾਂ 'ਚ ਲੈ ਕੇ ਜਾਈਏ, ਸੰਗਤਾਂ ਨੂੰ ਦੱਸੀਏ ਕਿ ਹੁਣ ਕੀ ਕਰਨਾ ਬਣਦਾ ਹੈ। ਅਤੇ ਜਿਹੜੀ ਇਹ ਆਪਣੀ ਗੱਲਬਾਤ ਦਾ ਸਿਲਸਿਲਾ ਹੈ, ਇਹਦੇ ਵਿੱਚ ਸਾਰੇ ਆਪਣੇ ਆਪਣੇ ਵਿਚਾਰ ਖੁੱਲ੍ਹ ਕੇ ਰੱਖਣੇ ਚਾਹੀਦੇ ਹਨ। ਅਸੀਂ ਜਦੋਂ ਆਪਾਂ ਇੱਥੇ ਵਿਚਾਰ ਲੈ ਕੇ, ਅਸੀਂ ਕੋਈ ਪਹਿਲਾਂ ਤੋਂ ਬਣਾਇਆ ਵਿਚਾਰ ਲੈ ਕੇ ਨਹੀਂ ਆਏ, ਤੁਹਾਡੇ ਸਾਰਿਆਂ ਨੇ, ਤੁਸੀਂ ਸਾਰਿਆਂ ਨੇ ਵਿਚਾਰ ਲੈ ਕੇ ਆਉਣੇ ਹਨ। ਉਹਨਾਂ ਸਾਰਿਆਂ ਦਾ ਇੱਕ ਸਮੁੱਚਾ ਜੋ ਇੱਕ ਗੁਰਮਤਾ ਹੁੰਦਾ ਹੈ, ਉਸ ਹਿਸਾਬ ਨਾਲ ਹੀ ਅਸਲ ਨਿਚੋੜ ਕੱਢਿਆ ਜਾਵੇਗਾ। ਇਹ ਫੁਲਵਾੜੀ ਮੰਗ ਹੈ ਕਿ ਸਾਰੇ ਆਓ, ਆਪਣੇ ਵਿਚਾਰ ਰੱਖੋ ਖੁੱਲ੍ਹ ਕੇ, ਅਤੇ ਜੋ ਗੁਰਮਤ ਅਨੁਸਾਰ ਹੋਵੇ, ਗੁਰੂ ਆਸ਼ੇ ਅਨੁਸਾਰ ਹੋਵੇ, ਪੰਥ ਦੇ ਭਲੇ ਲਈ ਹੋਵੇ, ਉਸ ਅਨੁਸਾਰ ਅਸੀਂ ਫਿਰ ਫੈਸਲੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।